सारियां नूं यकीन आ कि दीप सिद्धू दा जां इस तों अगे इधर नूं आ जाओ बई जिहड़ा हरमीत सिंह पी एच डी दा जिहड़े इस तरीके दे होर कई कतल नेगे जिन्हां दे बारे हुण अड अड अंदाजे लाए जा रहे ने भी ये भी इंडियन एजेंसियां दे ही कारे होणगे। भाई लखवीर सिंह रोडे जिहड़ा है उहदे बारे पता लग्गिया कि पिछले दिनों दे विच ਉਹ ਅਕਾਲ ਚਲਾਣੇ ਕਰ ਗਿਆ ਹੈ ਪਰ ਆਮ ਲੋਕਾਂ 'ਚ ਚਰਚਾ ਜ਼ਰੂਰ ਆ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਤਲ ਕੀਤੇ ਜਾਣ ਦੇ ਹੋਰ ਕਈ ਖਬਰਾਂ ਚਰਚੇ ਚੱਲਦੇ ਨੇ ਵੀ ਕਿਤੇ ਇਹ ਚੀਜ਼ ਵੀ ਉਸ ਗੱਲ ਨਾਲ ਨਾ ਜੁੜ ਜਾਵੇ। ਤੇ ਜਿਹੜੀ ਅਮਰੀਕਾ ਵਾਲੀ ਕਹਾਣੀ ਆ ਉਹਦੇ 'ਚ ਸਾਫ਼ ਦਿਖ ਰਿਹਾ ਵੀ ਉੱਥੇ ਹੋਰ ਵੀ ਬੜੀ ਭਾਰੀ ਲਿਸਟ ਸੀ, 30-35 ਬੰਦਿਆਂ ਨੂੰ ਉੱਥੇ ਮਰਵਾਉਣਾ ਚਾਹੁੰਦੇ ਸੀ। ਇੱਥੇ ਇਹ ਵੀ ਚਰਚਾ ਵਾ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਵੱਸਦੇ ਹੋਏ ਜਿਹੜੇ ਪੰਥਕ ਜਾਂ ਸਿਆਸੀ ਤੌਰ ਦੇ ਉੱਤੇ ਖਾਲਿਸਤਾਨੀ ਸਰਗਰਮ ਨੇ ਉਹਨਾਂ ਨੂੰ ਵੀ ਜਾਂ ਸਾਬਕਾ ਅਖਾੜਕੂਆਂ ਨੂੰ ਵੀ ਕਤਲਕਰਨ ਕਰਾਉਣ ਦੀ ਜਿਹੜੀ ਯੋਜਨਾ ਉਹ ਵੀ ਪਲੈਨਿੰਗ ਹੈਗੀ ਆ। ਜੇਕਰ ਅਮਰੀਕਾ ਨੂੰ ਹੱਕ ਵਾ ਕਿ ਜਿਹੜੇ ਉਹਦੇ ਮੁਲਕ ਦੇ ਵਿਰੋਧੀ ਨੇ ਉਹਨਾਂ ਨੂੰ ਅੱਡ ਅੱਡ ਮੁਲਕਾਂ 'ਚ ਜਾ ਕੇ ਉਹ ਆਪਦੇ ਤਰੀਕੇ ਨਾਲ ਨਜਿੱਠ ਸਕਦਾ ਹੈ, ਤਾਂ ਇੰਡੀਆ ਨੂੰ ਵੀ ਹੱਕ ਆ ਵੀ ਜਿਹੜੇ ਸਾਡੇ ਮੁਲਕ ਦੇ ਉਲਟ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਹ ਉਹ ਮਾਰੀ। ਹੁਣ ਇਹ ਕਹਿਣ ਲੱਗੇ ਨੇ ਕਿ ਜੀ ਸਾਨੂੰ ਸਾਡੇ ਮੁਲਕ ਦੀ ਰਾਖੀ ਕਰਨ ਦਾ ਹੱਕ ਆ। ਸਾਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਜਿਹੜੇ ਸਿੱਖਾਂ ਦੇ ਕਤਲ ਇਹ ਕਰ ਰਹੇ ਨੇ ਉਹ ਇੱਥੇ ਪੰਜਾਬ ਦੇ ਵਿੱਚ ਕੀ ਕਰ ਰਹੇ ਸੀ ਇਹਨਾਂ ਦਿਨਾਂ 'ਚ। ਭਾਰਤੀ ਹਕੂਮਤੀ ਸਿਸਟਮ ਹੁਣ ਇਸ ਗੱਲ 'ਤੇ ਆ ਗਿਆ ਹੈਗਾ ਵੀ ਆਪਾਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਸਿਰ ਨਹੀਂ ਚੱਕਰ ਦੇਣਾ ਸਕਾਂ ਅਤੇ ਦੁਨੀਆ ਭਰ ਦੇ ਵਿੱਚ ਇਹ ਗੱਲ ਸਥਾਪਿਤ ਕਰਨੀ ਆ ਕਿ ਐਵੇਂ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਖਾਲਿਸਤਾਨ ਹੋਈ ਪਈ ਆ, ਪੰਜਾਬ 'ਚ ਤਾਂ ਕਈ ਇਹਦਾ ਨਾਂ ਲੈ ਕੇ ਰਾਜੀ ਨਹੀਂ। ਆਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਜਿੱਥੇ 3-4 ਥਾਵਾਂ ਦੇ ਉੱਤੇ ਬੀਜੇਪੀ ਜਿੱਤੀ ਆ, ਇਹਨਾਂ ਨੂੰ ਹੋਰ ਵੀ ਹੌਸਲਾ ਹੋ ਗਿਆ ਵਾ ਕਿ ਅਸੀਂ ਅਗਲੀ ਵਾਰ ਜਿਹੜਾ ਕੇਂਦਰ ਦੇ ਵਿੱਚ ਜੇ ਤੀਜੀ ਵਾਰ ਸਰਕਾਰ ਬਣਾ ਕੇ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਇੱਕ ਵਾਰ ਫਿਰ ਹੱਲਾ ਜਿਹੜਾ ਹੈਗਾ ਉਹ ਮਾਰਾਂਗੇ ਅਤੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਦੀ ਲੋੜ ਇੰਡੀਅਨ ਸਟੇਟ ਸਿਸਟਮ ਸਮਝਦਾ ਉਹ ਸਿੱਖ ਵੀ ਆ। ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਜਾਂ ਹੋਰਨਾਂ ਥਾਵਾਂ ਦੇ ਵਿੱਚ ਸਿੱਖਾਂ ਉੱਤੇ ਜਿਹੜਾ ਕੁਛ ਹੋ ਰਿਹਾ ਉਹਦੇ ਖਿਲਾਫ ਲੋਕ ਜਿਹੜੇ ਨੇ ਉੱਥੋਂ ਦੇ ਮੁਲਕ ਜਿਹੜੇ ਨੇ ਉਹ ਸਿੱਖਾਂ ਦਾ ਪੱਖ ਲੈ ਰਹੇ ਨੇ, ਪਰ ਇੱਥੇ ਭਾਰਤ ਵਿੱਚ ਜਦੋਂ ਸਿੱਖਾਂ 'ਤੇ ਜ਼ੁਲਮ ਹੋਊਗਾ ਉਹ ਜਿਵੇਂ 1984 ਦੇ ਵਿੱਚ ਇੱਕ ਹਫ਼ਤਾ ਜਿਹੜਾ ਸਿੱਖਾਂ ਦੇ ਕਤਲਾਂ ਲਈ ਖੁੱਲ੍ਹ ਦਿੱਤੀ ਗਈ ਸੀ ਉਵੇਂ ਦਾ ਮਾਹੌਲ ਜਿਹੜਾ ਹੈ ਉਹ ਬਣਦਾ ਦਿਖ ਰਿਹਾ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਨ ਫਤਿਹ ਅੱਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਇਹ ਖਬਰ ਆ ਰਹੀ ਆ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਐਮਰਜੈਂਸੀ ਮੀਟਿੰਗ ਸੱਦੀ ਆ ਸਵੇਰੇ 5 ਤਖ਼ਤਾਂ ਦੇ ਜਥੇਦਾਰਾਂ ਦੀ। ਅਕਾਲ ਤਖ਼ਤ ਸਾਹਿਬ ਤੇ ਸਵੇਰੇ 11 ਵਜੇ ਕਹਿੰਦੇ ਆ ਵੀ ਮੀਟਿੰਗ ਸ਼ੁਰੂ ਹੋ ਜਾਣੀ। ਮੀਟਿੰਗ ਦਾ ਜਿਹੜਾ ਮੁੱਦਾ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਬਾਰੇ ਜਾਪ ਰਿਹਾ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਮਸਲਾ ਚਰਚਾ ਵਿੱਚ ਸੀਗਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਸਵੇਰਿਓਂ ਭੁੱਖ ਹੜਤਾਲ ਸ਼ੁਰੂ ਕਰਤੀ ਆ ਕਿਉਂਕਿ ਉਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਉਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਅਪੀਲ ਲਾਈ ਸੀ ਉਹਦਾ ਕੋਈ ਜਿਹੜਾ ਸੀਗਾ ਹੱਲ ਨਹੀਂ ਹੋਇਆ ਤੇ ਉਹ ਉਹਨਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਾਪਦਾ ਵੀ ਮੈਨੂੰ ਵਿੱਚ ਵਿਚਾਲੇ ਲਮਕਾਇਆ ਹੋਇਆ। ਉਹਨੇ ਅਕਾਲੀ ਪੋਲੀਟਿਕਸ ਦੇ ਉੱਤੇ ਵੀ ਤੇ ਕਾਂਗਰਸ ਨਾਲ ਸੰਬੰਧਾਂ ਬਾਰੇ ਵੀ ਤੇ ਬੀਜੇਪੀ ਵੱਲੋਂ ਜੋ ਰਵੱਈਆ ਅਖਤਿਆਰ ਕੀਤਾ ਹੋਇਆ ਉਹ ਸਾਰੇ ਚੀਜ਼ਾਂ ਤੇ ਇਤਰਾਜ਼ ਜ਼ਾਹਿਰ ਕਰਦਿਆਂ ਇੱਕ ਜਿਹੜੀ ਚੇਤਾਵਨੀ ਜਾਰੀ ਕੀਤੀ ਸੀ ਤੇ ਅੰਤ ਅੱਜ ਭੁੱਖ ਹੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ। ਭਾਵੇਂ ਅਕਾਲੀ ਦਲ ਦੇ ਦੋ ਨੁਮਾਇੰਦੇ ਵਿਰਸਾ ਸਿੰਘ ਬਲਟੋਹਾ ਤੇ ਬਿਕਰਮਜੀਤ ਸਿੰਘ ਜੇਠੀਆ ਜੇਲ੍ਹ ਦੇ ਵਿੱਚ ਮਿਲਣ ਜਾਣਾ ਚਾਹੁੰਦੇ ਸੀ ਪਰ ਲਾਸਟ ਮਿੰਟ ਦੇ ਉੱਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ, ਮੁਲਾਕਾਤ ਨਹੀਂ ਕਰਾਈ ਗਈ। ਇਸ ਤੋਂ ਬਾਅਦ ਵਿੱਚ ਇਹ ਸ਼ਾਮ ਤੀਕਰ ਖਬਰ ਆ ਗਈ ਆ ਵੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜਿਹੜੇ ਆ ਉਹ ਇਸ ਮਸਲੇ ਉੱਤੇ ਮੀਟਿੰਗ ਕਰਨਗੇ। ਚਰਚਾ ਇਹੀ ਆ ਕਿ ਮੀਟਿੰਗ ਇਸ ਮਸਲੇ 'ਤੇ ਹੋਣੀ ਆ, ਪਰ ਜਿਸ ਤਰੀਕੇ ਦੇ ਹੋਰ ਬਹੁਤ ਸਾਰੇ ਅਹਿਮ ਮਸਲੇ ਆ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜਿਵੇਂ ਸਿੱਖਾਂ ਦੇ ਕਤਲ ਹੋ ਰਹੇ ਆ, ਅਸੀਂ ਸਮਝਦੇ ਹਾਂ ਕਿ ਉਹ ਵੀ ਬਹੁਤ ਹੀ ਜ਼ਿਆਦਾ ਸਗਾਂ ਤੇ ਇਸ ਭਾਈ ਰਾਜੋਆਣੇ ਵਾਲੇ ਮਸਲੇ ਵਾਂਗ ਹੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਸੀਗਾ। ਉਹਦੇ ਉੱਤੇ ਵੀ ਇਸੇ ਤਰੀਕੇ ਨਾਲ ਹੰਗਾਮੀ ਮੀਟਿੰਗ ਹੁੰਦੀ, ਉਹਦੇ ਉੱਤੇ ਵੀ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਜਾਂਦੀ ਤਾਂ ਬਹੁਤ ਚੰਗਾ ਹੋਣਾ ਸੀ।
पर हो सकता कोई किसी किस्म का दबा हो सकता अजे इस मसले नूं इन्ना ज्यादा गंभीर ना समझा जा रहा हो पर खालसा पंथ दीआं भावनावां तां इस गल दे विच ने कि जिवें भाई निजर दा पहला तां कतल कर दिता उपरंत एडवोकेट पन्नू दे कतल दी कोशिश की गई उपरंत हुण इह वी चर्चा वा भी इंग्लैंड दे विच जिहड़ा भाई अवतार सिंह खंडे की जान गई है उहदी मौत हुई है उहदे संबंध विच भी जिहड़ा कदम आ उह चक्किआ वा ते अड अड मुल्कां चों जाने कि इंग्लैंड चों कनेडा चों अमेरिका चों जिस तरीके नाल भारतीय खुफिया एजेंसी रा दे जिहड़े अधिकारी ने उहनां नूं फारग कीता जा रिहा जिस तरीके नाल अड अड मुल्क इस गल ते आ गए आ कि तुसीं साडे मुल्क दे विच आप दे मतलब हल कर रहे हो ते सिखां दे कतल कर रहे हो इस सारी गलबात तों बाद विच इह तां हुण साफ दिखदा हैगा बई अड अड मुल्कां ने इंग्लैंड कनेडा अमेरिका ने सिखां दे जान दी कीमत समझदे होइआं बेशक इह गल आपदी थां ते आ कि उन्हां मुल्कां ने आपदे मुल्कां दी प्रभुसत्ता दी गल नूं तरजीह दित्ती आ कि साडी धरती उत्ते आ के तुसीं इंडियन जिहड़े हो किवें कतल कर सकदे क्यों साडे मुल्क दी जिहड़ी सॉवरंटी आ उहनूं चैलेंज कीता जा रिहा तुहाडे वल्लों इस गल दे उत्ते इत्थे कई तरह दे जिहड़े रुख ने इंडियन स्टेट सिस्टम ने अपनाए हुए ने जदों भाई अवतार सिंह खंडे वाला मसला सामने आया सी उस मौके भी सिख जगत दे वल्लों तां दावा कीता जा रहा सीगा कि इह भारतीय एजेंसियां दा काम आ ते इह पहली जिहड़ी गल आ उह भारतीय नैटवर्क वल्लों ही जारी कीती गई सी ते उदों पंजवड़ दे भाई परमजीत सिंह पंजवड़ दे कतल तों बाद जदों सिख बड़े वड्डे सदमे च सी तां इह गल बड़े धड़ल्ले नाल जिहड़ी सी उह मेजर गौरव आरिया जिहड़ा भौंका रख्या सी इहनां दा ਉਹ ਦਮ ਗੱਜੇ ਮਾਰਦਾ ਸੀਗਾ ਵੀ ਹੁਣ ਦੇਖੋ ਅਸੀਂ ਖੰਡਾ ਵੀ ਜਿਹੜਾ ਕਤਲ ਕਰਤਾ ਫਲਾਨੇ ਥਾਂ ਤੋਂ ਵੀ ਹੁਣ ਕੈਨੇਡਾ ਤੋਂ ਖੌਰ ਵੀ ਆਊਗੀ ਪਰ ਹੁਣ ਤਾਂ ਉਹਦੇ ਹੋਸ਼ ਉੱਡੇ ਪਏ ਨੇ ਹੁਣ ਪਤਾ ਨੀ ਗੂੰਗਾ ਹੋ ਗਿਆ ਜਾਂ ਪਤਾ ਨੀ ਕਿੱਥੇ ਦੜ ਕੇ ਬਹਿ ਗਿਆ ਹੁਣ ਕਦੇ ਵੀਡੀਓ ਬਾਡੀ ਉਹਦੀ ਦੇਖੀ ਨਹੀਂ ਉਦੋਂ ਤਾਂ ਉਹਦੀ ਭਕਾਈ ਸਿੱਖਾਂ ਦੇ ਨਾਲੋਂ ਸਿੱਖਾਂ ਵਾਂਗੂ ਹੀ ਰਕੇਸ਼ ਲੱਖੀ ਵਰਗੇ ਜਿਹੜੇ ਗੈਰ ਸਿੱਖ ਸੀ ਉਹਨਾਂ ਨੂੰ ਵੀ ਤੰਗ ਕਰਨ ਲੱਗ ਗਈ ਸੀ ਵੀ ਇਹ ਕਰੀ ਕੀ ਜਾਂਦਾ ਖੈਰ ਉਸ ਤੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਾਰਿਆਂ ਨੂੰ ਇਹ ਗੱਲ ਦਾ ਪੂਰਾ ਸੀਗਾ ਵੀ ਇੰਗਲੈਂਡ ਦੀ ਜਿਹੜੀ ਸਰਕਾਰ ਆ ਵੀ ਉਹ ਉੱਥੇ ਇਸ ਮਸਲੇ ਉੱਤੇ ਪੂਰੀ ਤਹਿਕੀਕਾਤ ਕਰੂਗੀ ਪਰ ਬੜੀ ਨਿਰਾਸ਼ਾ ਹੋਈ ਜਦੋਂ ਨਾ ਤਾਂ ਭਾਈ ਖੰਡੇ ਦੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਤੇ ਭੈਣ ਨੂੰ ਕਿਉਂਕਿ ਭਾਈ ਅਵਤਾਰ ਸਿੰਘ ਖੰਡੇ ਦੇ ਜਿਹੜੇ ਪਿਤਾ ਨੇ ਭਾਈ ਕੁਲਵੰਤ ਸਿੰਘ ਖਖਰਾਣਾ ਉਹ ਸਿੱਖ ਸੰਘਰਸ਼ ਵਿੱਚ ਉਦੋਂ ਸ਼ਹਾਦਤ ਪਾ ਗਏ ਸੀ ਬੜਾ ਉਹਨਾਂ ਦਾ ਪੰਥ ਲਈ ਕੌਮ ਲਈ ਪਿਆਰ ਸੀਗਾ ਤੇ ਕੁਰਬਾਨੀ ਕਰਨ ਵਾਲੇ ਕੁਰਬਾਨੀ ਵਾਲਾ ਪਰਿਵਾਰ ਆ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਭੈਣ ਆ ਭਾਈ ਖੰਡੇ ਦੀ ਤੇ ਭਾਈ ਖੰਡੇ ਦੇ ਮਾਤਾ ਜੀ ਭੈਣ ਚਰਨਜੀਤ ਕੌਰ ਉਹਨਾਂ ਨੂੰ ਵੀਜ਼ਾ ਵੀ ਨਹੀਂ ਸੀ ਦਿੱਤਾ ਗਿਆ ਤੇ ਉਸ ਮੌਕੇ ਜਿਹੜੇ ਭਾਰਤ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਜਿਹੜਾ ਰਿਸ਼ੀ ਸ਼ਨੂਕ ਜਾਂ ਸ਼ੂਨਕ ਕਹਿੰਦੇ ਆ ਉਹਨੂੰ ਉਹਦੇ ਨਾਲ ਸੰਬੰਧਾਂ ਦੀ ਚਰਚਾ ਹੋ ਗਈ ਸੀ ਵੀ ਇਹ ਸ਼ਾਇਦ ਤਾਂ ਨਹੀਂ ਗੱਲ ਬਣੀ ਪਰ ਹੁਣ ਜਦੋਂ ਹਾਲਾਤ ਬਦਲ ਗਏ ਆ ਹੁਣ ਸਥਿਤੀਆਂ ਬਦਲ ਗਈਆਂ ਨੇ ਹੁਣ ਜ਼ਰੂਰ ਇਹ ਰੌਲਾ ਮੀਡੀਆ ਦੇ ਵਿੱਚ ਪਿਆ ਹੋਇਆ ਗਾਰਡੀਅਨ ਨਾਂ ਦੇ ਇੱਕ ਅਖਬਾਰ ਦੀ ਚਰਚਾ ਹੋ ਰਹੀ ਆ ਕਿਉਂਕਿ ਰਿਪੋਰਟ ਆਈ ਆ ਕਿ ਹੁਣ ਇੰਗਲੈਂਡ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਉਹ ਨਵੇਂ ਸਿਰਿਓਂ ਚਰਚਾ 'ਚ ਆਈ ਹੋ ਸਕਦਾ ਭਾਈ ਖੰਡੇ ਦੇ ਕਤਲ ਦੀ ਖਬਰ ਜਿਹੜੀ ਆ ਜਾਂ ਉਹਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਹੁਣ ਪਹਿਲਾਂ ਵਾਂਗ ਨਾ ਰਵੇ ਕੋਈ ਜਾਂਚ ਹੋਵੇ ਜਿਹਦੇ ਵਿੱਚ ਨਵੇਂ ਸਿਰਿਓਂ ਨਵੇਂ ਹਾਲਾਤ ਜਿਹੜੇ ਆ ਉਹ ਸਾਡੇ ਸਾਹਮਣੇ ਆਉਣ ਪਰ ਸਿੱਖ ਜਗਤ ਨੂੰ ਇਸ ਗੱਲ ਦਾ ਪੂਰਾ ਸ਼ੱਕ ਵਾ ਔਰ ਕੱਲਾ ਇਸ ਗੱਲ ਦਾ ਨਹੀਂ ਕਿ ਇਹ ਜਿਹੜੇ ਕਤਲ ਨੇ ਉਹ ਭਾਰਤ ਨੇ ਕਰਾਏ ਨੇ ਹੁਣ ਤਾਂ ਸਾਰਿਆਂ ਨੂੰ ਯਕੀਨ ਆ ਕਿ ਦੀਪ ਸਿੱਧੂ ਦਾ ਜਾਂ ਇਸ ਤੋਂ ਅੱਗੇ ਇੱਧਰ ਨੂੰ ਆ ਜਾਓ ਬਈ ਜਿਹੜਾ ਹਰਮੀਤ ਸਿੰਘ ਪੀ ਐਚ ਡੀ ਦਾ ਜਿਹੜੇ ਇਸ ਤਰੀਕੇ ਦੇ ਹੋਰ ਕਈ ਕਤਲ ਨੇਗੇ ਜਿਨ੍ਹਾਂ ਦੇ ਬਾਰੇ ਹੁਣ ਅੱਡ ਅੱਡ ਅੰਦਾਜ਼ੇ ਲਾਏ ਜਾ ਰਹੇ ਨੇ ਵੀ ਇਹ ਵੀ ਇੰਡੀਅਨ ਏਜੰਸੀਆਂ ਦੇ ਹੀ ਕਾਰੇ ਹੋਣਗੇ ਭਾਰਤੀ ਖੁਫੀਆ ਏਜੰਸੀਆਂ ਨੇ ਜਿਸ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਜਿਵੇਂ ਜਿਹੜੀ ਅਮੈਰੀਕਾ ਵਾਲੀ ਕਹਾਣੀ ਆ ਉਹਦੇ ਚ ਸਾਫ਼ ਦਿਖ ਰਿਹਾ ਵੀ ਉੱਥੇ ਹੋਰ ਵੀ ਬੜੀ ਭਾਰੀ ਲਿਸਟ ਸੀ 30-35 ਬੰਦਿਆਂ ਨੂੰ ਉੱਥੇ ਮਰਵਾਉਣਾ ਚਾਹੁੰਦੇ ਸੀ
ਇੱਥੇ ਇਹ ਵੀ ਚਰਚਾ ਵਾ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਵਸਦੇ ਹੋਏ ਜਿਹੜੇ ਪੰਥਕ ਜਾਂ ਸਿਆਸੀ ਤੌਰ ਦੇ ਉੱਤੇ ਖਾਲਿਸਤਾਨੀ ਸਰਗਰਮ ਨੇ ਉਹਨਾਂ ਨੂੰ ਵੀ ਜਾਂ ਸਾਬਕਾ ਖਾੜਕੂਆਂ ਨੂੰ ਵੀ ਕਤਲਕਰਨ ਕਰਾਉਣ ਦੀ ਜਿਹੜੀ ਯੋਜਨਾ ਉਹ ਵੀ ਪਲੈਨਿੰਗ ਹੈਗੀ ਆ। ਪਰ ਇਹ ਸਾਰਾ ਕੁਝ ਜਿਹੜਾ ਹੈ ਉਹਦੇ ਵਿੱਚ ਪਹਿਲਾਂ ਤਾਂ ਸੁਣਜੇ ਹੋਏ ਪਏ ਸੀ ਇੰਡੀਅਨ ਸਿਸਟਮ ਵਾਲੇ, ਹੁਣ ਦੋ ਤਿੰਨ ਜਿਹੜੇ ਯੂਟਿਊਬ ਚੈਨਲ ਨੇ ਉਹਦੇ ਉੱਤੇ ਭੌਂਕਣ ਵਾਲੇ ਸ਼ੁਰੂ ਹੋਏ ਨੇ ਤੇ ਕਹਿੰਦੇ ਆ ਕਿ ਜੀ ਜੇਕਰ ਅਮਰੀਕਾ ਨੂੰ ਹੱਕ ਵਾ ਕੇ ਜਿਹੜੇ ਉਹਦੇ ਮੁਲਕ ਦੇ ਵਿਰੋਧੀ ਨੇ ਉਹਨਾਂ ਨੂੰ ਅੱਡ ਅੱਡ ਮੁਲਕਾਂ 'ਚ ਜਾ ਕੇ ਉਹ ਆਪਦੇ ਤਰੀਕੇ ਨਾਲ ਨਜਿੱਠ ਸਕਦਾ ਹੈ, ਤਾਂ ਇੰਡੀਆ ਨੂੰ ਵੀ ਹੱਕ ਆ ਵੀ ਜਿਹੜੇ ਸਾਡੇ ਮੁਲਕ ਦੇ ਉਲਟ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਹ ਉਹ ਮਾਰੀਏ। ਹੁਣ ਇਹਦੇ ਬਾਰੇ ਦੋ ਪੱਖ ਨੇ, ਇੱਕ ਤਾਂ ਇਹ ਹੈਗਾ ਵੀ ਫੇਰ ਜਿਨ੍ਹਾਂ ਨੂੰ ਭਾਰਤ ਫਰੀਡਮ ਫਾਈਟਰ ਕਹਿੰਦਾ, ਜਿਨ੍ਹਾਂ ਨੇ ਗੋਰਿਆਂ ਦੀ ਗੁਲਾਮੀ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜੀ, ਉਹਨਾਂ ਸਾਰਿਆਂ ਬਾਰੇ ਕੀ ਫਿਰ ਭਾਰਤ ਦਾ ਸਟੈਂਡ, ਭਾਰਤ ਸਰਕਾਰ ਜਾਂ ਭਾਰਤੀ ਹਕੂਮਤ ਉਹਨਾਂ ਸਾਰਿਆਂ ਬਾਰੇ ਕੀ ਕਹਿਣਾ ਚਾਹੂਗੀ ਜਿਹੜਾ ਕੁਛ ਇੰਡੀਅਨ ਜਦੋਂ ਇੱਥੇ ਗੁਲਾਮ ਸੀ ਇੰਡੀਆ ਤੇ ਜਦੋਂ ਗੋਰੇ ਜ਼ੁਲਮ ਕਰਦੇ ਸੀ, ਕੀ ਫਿਰ ਉਹ ਸਾਰੇ ਕਾਸੇ ਨੂੰ ਜਿਹੜਾ ਮੌਜੂਦਾ ਇਹ ਪ੍ਰਬੰਧ ਵਾ ਉਹ ਜਾਇਜ਼ ਦਰਸਾਉਂਦਾ ਹੈਗਾ ਵੀ ਹਾਂ ਬਾਈ ਠੀਕ ਉਹਨਾਂ ਨੇ ਕੀਤਾ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਅਮਰੀਕਾ ਠੀਕ ਕਰ ਰਿਹਾ। ਅਸਲੀ ਗੱਲ ਤਾਂ ਇਹ ਹੈਗੀ ਆ ਕਿ ਇੱਕ ਪਾਸੇ ਤੁਸੀਂ ਪੂਰਾ ਜ਼ੋਰ ਲਾ ਕੇ ਦੁਨੀਆ ਨੂੰ ਇਹ ਦਰਸਾਉਂਦੇ ਹੋ ਕਿ ਅਸੀਂ ਤਾਂ ਬੜੇ ਸ਼ਾਂਤੀ ਵਾਲੇ ਹਾਂ, ਅਸੀਂ ਤਾਂ ਹਰੇਕ ਤਰੀਕੇ ਦੀ ਗੱਲ ਕਹਿਣ ਦੇ ਹੱਕ ਦੇਣ ਦੇ ਪੂਰੇ ਖੁੱਲ੍ਹਦਿਲੇ ਲੋਕ ਹਾਂ, ਦੂਜੇ ਪਾਸੇ ਜਿਹੜਾ ਭਾਰਤੀ ਨਿਜ਼ਾਮ ਆ ਉਹ ਦੋਗਲਾ ਚਿਹਰਾ ਜਿਹੜਾ ਹੈਗਾ ਉਹ ਲਈ ਫਿਰਦਾ ਵੀ ਸਿੱਖਾਂ ਦੇ ਕਤਲ ਕਰ ਰਿਹਾ। ਔਰ ਇਸ ਕਤਲੇਆਮ ਦੇ ਵਿੱਚ ਹੁਣ ਇਹ ਕਹਿਣ ਲੱਗੇ ਨੇ ਕਿ ਜੀ ਸਾਨੂੰ ਸਾਡੇ ਮੁਲਕ ਦੀ ਰਾਖੀ ਕਰਨ ਦਾ ਹੱਕ ਆ। ਸਾਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਜਿਹੜੇ ਸਿੱਖਾਂ ਦੇ ਕਤਲੇ ਕਰ ਰਹੇ ਨੇ ਉਹ ਇੱਥੇ ਪੰਜਾਬ ਦੇ ਵਿੱਚ ਕੀ ਕਰ ਰਹੇ ਸੀ ਇਹਨਾਂ ਦਿਨਾਂ 'ਚ, ਕੋਈ ਇੱਥੇ ਇਹੋ ਜਿਹੀ ਗੱਲ ਨਹੀਂ ਵਾਪਰ ਰਹੀ। ਔਰ ਝੂਠੇ ਸਾਰੇ ਇਲਜ਼ਾਮ ਉਹ ਜਾਪਦੇ ਨੇ, ਕਦੇ ਕਹਿੰਦੇ ਆ ਜੀ ਉਹ ਪੰਨੂ ਨੇ ਆਹ ਕਰਾਤਾ ਵਾਹ ਕਰਾਤਾ, ਪੰਨੂ ਨੇ ਇੱਥੇ ਜੇ ਕਤਲ ਕਰਾਏ ਨੇ ਜਾਂ ਪੰਨੂ ਨੇ ਇੱਥੇ ਕੋਈ ਵਾਰਦਾਤ ਕੀਤੀ ਕਰਾਈ ਆ, ਉਹਦੇ ਬਾਰੇ ਆਮ ਬੰਦੇ ਨੂੰ ਪੁੱਛ ਕੇ ਦੇਖੋ ਕਿਸੇ ਨੂੰ ਯਕੀਨ ਨਹੀਂ। ਇਹ ਕਹਿੰਦੇ ਨੇ ਜੋ ਡੈਜੀਗਨੇਟਡ ਟੈਰੋਰਿਸਟ ਹੈ ਜੇ ਕੁਛ ਸ਼ਬਦ ਜਿਹਾ ਵਰਤਦੇ ਆ ਡਰਾਉਣਾ ਜਿਹਾ, ਏਦਾਂ ਤਾਂ ਜਿਹਦੇ ਬਾਰੇ ਮਰਜ਼ੀ ਭਾਰਤੀ ਸਟੇਟ ਸਿਸਟਮ ਕੋਈ ਦਾਅਵਾ ਕਰ ਸਕਦਾ, ਪਰ ਹਕੀਕਤ ਇਹ ਆ ਕਿ ਆਮ ਲੋਕਾਂ ਨੂੰ ਪੰਨੂ ਦੇ ਖਿਲਾਫ ਲਾਏ ਹੋਏ ਦੋਸ਼ਾਂ ਚ ਜਾਂ ਭਾਈ ਨਿੱਜਰ ਬਾਰੇ ਦੋਸ਼ਾਂ ਚ ਕੋਈ ਵੀ ਸੱਚਾਈ ਨਹੀਂ ਦਿਖਦੀ। ਕਿਉਂ ਨਹੀਂ ਦਿਖਦੀ? ਉਹਦੇ ਵਿੱਚ ਹੋਰ ਬਹੁਤ ਸਾਰੇ ਕਾਰਨਾਂ ਦੇ ਨਾਲ ਨਾਲ ਇਹ ਵੀ ਆ ਵੀ ਜੇ ਕੁਛ ਵਾਕਿਆ ਉਹ ਜੁਰਮ ਕਰਦੇ ਹੋਣ ਤਾਂ ਅਮਰੀਕਾ ਜਾਂ ਕੈਨੇਡਾ ਦੀਆਂ ਸਰਕਾਰਾਂ ਉਹਨਾਂ ਦੇ ਖਿਲਾਫ ਜ਼ਰੂਰ ਕੋਈ ਕਾਰਵਾਈ ਕਰਦੀਆਂ। ਹਾਂ ਉਹ ਉੱਥੇ ਪੰਥ ਦੀ ਕੌਮ ਦੀ ਜਾਂ ਖਾਲਿਸਤਾਨ ਦੀ ਗੱਲ ਜਿਹੜੀ ਕਰਦੇ ਕਰਾਉਂਦੇ ਆ ਉਹ ਉੱਥੋਂ ਦੇ ਕਾਨੂੰਨ ਜਿਹੜੇ ਨੇ ਉਹ ਖੁੱਲ ਦਿੰਦੇ ਆ ਤੇ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਚੱਲ ਰਹੀਆਂ ਨੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਪੰਜ ਤਖਤਾਂ ਦੇ ਜਥੇਦਾਰਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਮਸਲੇ ਨੂੰ ਲਿਆ, ਉਵੇਂ ਇਹਨਾਂ ਸਿੱਖਾਂ ਦੇ ਕਤਲੇਆਮ ਨੂੰ ਨਹੀਂ ਲਿਆ। ਤੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੇ ਅਜੇ ਤੱਕਰ ਇਸ ਮਸਲੇ ਤੇ ਜਿਸ ਤਰੀਕੇ ਦੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਆ ਉਹ ਨਹੀਂ ਦਿਖਾਈ। ਇਹਦੇ ਨਾਲ ਹੀ ਅਗਲੀ ਜਿਹੜੀ ਖਬਰ ਇਹ ਆ ਕਿ ਸਿੱਖ ਸੰਘਰਸ਼ ਵਿੱਚ ਰੋਡੇ ਪਰਿਵਾਰ ਜਾਣੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਰਿਵਾਰ ਜਿਹੜਾ ਹੈ ਉਹਦੀ ਜਿਹੜੀ ਆ ਉਹਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਇਸ ਜੰਗ ਦੇ ਵਿੱਚ ਲੇਖੇ ਲੱਗੇ ਨੇ। ਤੇ ਅੱਜ ਪਾਕਿਸਤਾਨ ਤੋਂ ਇਹ ਖਬਰ ਆਈ ਆ ਵੀ ਲਖਵੀਰ ਸਿੰਘ ਰੋਡੇ, ਭਾਈ ਲਖਵੀਰ ਸਿੰਘ ਰੋਡੇ ਜਿਹੜਾ ਕਿ ਸੰਤ ਭਿੰਡਰਾਂ ਵਾਲਿਆਂ ਦਾ ਭਤੀਜਾ ਵੀ ਆ ਤੇ ਜਿਹਦੀ ਪਿੱਛੇ ਜੇ ਪ੍ਰੋਪਰਟੀ ਜਿਹੜੀ ਆ ਉਹ ਇੱਥੇ ਇੰਡੀਅਨ ਸਿਸਟਮ ਨੇ ਸੀਲ ਕੀਤੀ ਸੀ, ਤੇ ਭਾਈ ਲਖਵੀਰ ਸਿੰਘ ਰੋਡੇ ਜਿਹੜਾ ਹੈ ਉਹਦੇ ਬਾਰੇ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਅਕਾਲ ਚਲਾਣੇ ਕਰ ਗਿਆ ਹੈ ਤੇ ਅੱਜ ਉਹਦੀ ਖਬਰ ਜਿਹੜੀ ਆ ਉਹ ਮੀਡੀਆ ਦੇ ਵਿੱਚ ਆਈ ਹੈ। ਉਹਦੀ ਖਬਰ ਰੋਕੇ ਜਾਣ ਦੇ ਇੰਨੇ ਦਿਨ ਕੀ ਕਾਰਨ ਹੋ ਸਕਦੇ ਆ ਇਹ ਇੱਕ ਚਰਚਾ ਦਾ ਵਿਸ਼ਾ ਹੈ, ਪਰ ਕਿਹਾ ਇਹ ਜਾ ਰਿਹਾ ਸੁਣਨ ਵਿੱਚ ਆਇਆ ਬਈ ਨਨਕਾਣਾ ਸਾਹਿਬ ਦਾ ਜਿਹੜਾ ਸਮਾਗਮ ਚੱਲ ਰਿਹਾ ਸੀ ਉਸ ਕਰਕੇ ਜਾਂ ਕਿਸੇ ਹੋਰ ਜ਼ਿਆਦਾ ਜ਼ਰੂਰੀ ਕਾਰਨ ਕਰਕੇ ਇਹ ਗੱਲ ਰੋਕੀ ਗਈ। ਪਰ ਆਮ ਲੋਕਾਂ 'ਚ ਚਰਚਾ ਜ਼ਰੂਰ ਆ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਤਲ ਕੀਤੇ ਜਾਣ ਦੇ ਹੋਰ ਕਈ ਖਬਰਾਂ ਚਰਚੇ ਚੱਲਦੇ ਨੇ ਵੀ ਕਿਤੇ ਇਹ ਚੀਜ਼ ਵੀ ਉਸ ਗੱਲ ਨਾਲ ਨਾ ਜੁੜ ਜਾਵੇ। ਸੱਚਾਈ ਇਹ ਆ ਕਿ ਹੁਣ ਤਾਂ ਜਦੋਂ ਵੀ ਜਿੱਥੇ ਵੀ ਕਿਸੇ ਸਿੱਖ ਨੂੰ ਕੋਈ ਝਰੀਟ ਵੀ ਆਉਂਦੀ ਆ ਤਾਂ ਉਹਦੇ ਵੱਲ ਉਦੋਂ ਹੀ ਰੌਲਾ ਪੈ ਜਾਂਦਾ ਵੀ ਇਹ ਖੁਫੀਆ ਏਜੰਸੀਆਂ ਦਾ ਰਾਹ ਦਾ ਕੰਮ ਆ ਜਾਂ IB ਦਾ ਕੰਮ।
इस गल दे विच अज भी यह चर्चा जदों भाई लखवीर सिंह रोडे वाली खबर आई आ चलनी सुभाविक सीगी। दूजे पासे हैगा कि भाई लखवीर सिंह रोडे का साथी दस के जां ISYF का आगू मन के एक परमजीत सिंह ढाडी जिहड़ा कि इंग्लैंड तो अक्सर ही इत्थे पंजाब आउंदा जांदा रहिंदा पहलों भी उहनूं अज एयरपोर्ट तो फड़िया अमृतसर एयरपोर्ट तो ते कहा कि टैरर फंडिंग का केस आ। हुण असीं जाणदे हां मैं जदों 2007 दे विच नाभा जेल शिंगार सिनेमा बंब कांड करके गया है उत्थे उदों इह भाई परमजीत सिंह ढाडी ते एक संत ग्यानी गुरबचन सिंह जी खालसा भिंडरांवालिआं दा पोता अमूरक सिंह उखाड़ा ਤੇ ਇੱਕ ਸੰਤ ਭਿੰਡਰਾਂਵਾਲਿਆਂ ਦਾ ਭਾਣਜਾ ਜਾਨੀ ਕਿ ਭਾਈ ਜਸਵੀਰ ਸਿੰਘ ਰੋਡੇ ਲਖਵੀਰ ਸਿੰਘ ਰੋਡੇ ਉਹਨਾਂ ਦਾ ਜਿਹੜਾ ਭਤੀਜਾ ਮਤਲਬ ਭਾਣਜਾ ਮਾਫ ਕਰਨਾ ਭਾਣਜਾ ਤੇ ਸੰਤ ਭਿੰਡਰਾਂਵਾਲਿਆਂ ਦਾ ਦੋਹਤਾ ਉਹ ਦੋਹਤੇ ਦੇ ਤੋਂ ਲੱਗਿਆ ਜਸਵਿੰਦਰ ਸਿੰਘ ਛਿੰਦਾ ਪਿੰਡ ਕਿਲੀ ਚਾਲ ਇਹ ਉੱਥੇ ਸੀਗੇ ਇਹਨਾਂ ਤੇ ਵੀ RDX ਦਾ ਕੇਸ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ ਇਹਨਾਂ ਨੂੰ ਸ਼ਾਇਦ ਉਦੋਂ 5 ਸਾਲ ਸਜ਼ਾ ਵੀ ਹੋਈ ਸੀ ਬਾਅਦ ਚ ਪਰਮਜੀਤ ਸਿੰਘ ਢਾਡੀ ਕਈ ਵਾਰ ਮਤਲਬ ਉਹ ਬਾਹਰ ਵੀ ਗਿਆ ਇੰਗਲੈਂਡ ਆਪਦੇ ਮੁਲਕ ਤੇ ਉੱਥੋਂ ਆਉਂਦਾ ਵੀ ਰਿਹਾ ਕਿਉਂਕਿ ਉੱਥੋਂ ਦਾ ਸਿਟੀਜ਼ਨ ਆ ਤੇ ਅੱਜ ਤੱਕਰ ਬਾਅਦ ਜਦੋਂ ਇੰਨਾ ਉਹਦੀ ਆਵਾਜਾਈ ਆ ਤੇ ਉਹ ਠੀਕ ਆ ਕਿ ਜਦੋਂ ਉਹਦਾ ਪਿਆਰ ਸਤਿਕਾਰ ਜਾਂ ਮੇਲ ਮਲਾਪ ਸੰਤ ਭਿੰਡਰਾਂਵਾਲਾ ਦੇ ਪਰਿਵਾਰ ਨਾਲ ਭਾਈ ਜਸਵੀਰ ਸਿੰਘ ਰੋਡੇ ਹੋਣਾ ਨਾਲ ਹੈਗਾ ਤਾਂ ਉੱਥੇ ਉਹ ਉਹਨਾਂ ਲਈ ਕੋਈ ਚੀਜ਼ ਵਸਤ ਵੀ ਲਾਉਂਦਾ ਹੋਣਾ ਤੇ ਜਿਵੇਂ ਆਮ ਸਾਡੇ ਘਰਾਂ ਪਰਿਵਾਰਾਂ 'ਚ ਹੁੰਦਾ ਹੈਗਾ ਵੀ ਚਾਰ ਪੈਸੇ ਚਾਰ ਜਾਂਦਾ ਹੈ ਦੇ ਗਿਆ ਜਾਂਦਾ ਹੈ ਲਿਆ ਆ ਇਹ ਕੋਈ ਏਡੀ ਗੱਲ ਹੈ ਨਹੀਂ। ਮੈਨੂੰ ਜਿੱਥੋਂ ਤੱਕ ਲੱਗਦਾ ਅਸਲ ਵਿੱਚ ਇੰਡੀਅਨ ਸਟੇਟ ਸਿਸਟਮ ਨੂੰ ਜਿਹੜੀ ਚਾਰੇ ਪਾਸੇ ਦੁਨੀਆ 'ਚ ਤੋਏ ਤੋਏ ਹੋ ਰਹੀ ਆ ਉਹਨਾਂ ਨੇ ਮਿਥ ਲਿਆ ਹੈਗਾ ਵੀ ਹੁਣ ਸਾਡਾ ਜਿਹੜਾ ਨੈਟਵਰਕ ਆ ਸਾਰਾ ਕਿਉਂਕਿ ਦੁਨੀਆ ਭਰ ਦੇ ਵਿੱਚ ਰਾਹ ਦੇ ਏਜੰਟ ਐਕਸਪੋਜ਼ ਹੋ ਚੁੱਕੇ ਆ ਤੇ ਉਹਨਾਂ ਨੇ ਨਵੀਆਂ ਪੋਸਟਾਂ ਭਰਨ ਤੋਂ ਵੀ ਜਵਾਬ ਦੇ ਦਿੱਤਾ ਇੰਗਲੈਂਡ ਕੈਨੇਡਾ ਅਮਰੀਕਾ ਨੇ ਹੋਰਨਾਂ ਮੁਲਕਾਂ 'ਚ ਵੀ ਹਜੇ ਭਜੀਕੜ ਪਊਗਾ ਹਜੇ ਗੱਲ ਵਧੂਗੀ। ਤੋ ਭਾਰਤੀ ਹਕੂਮਤੀ ਸਿਸਟਮ ਹੁਣ ਇਸ ਗੱਲ ਤੇ ਆ ਗਿਆ ਹੈਗਾ ਵੀ ਆਪਾਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਸਿਰ ਨਹੀਂ ਚੱਕਣ ਦੇਣਾ ਸਗਾ ਤੇ ਦੁਨੀਆ ਭਰ ਦੇ ਵਿੱਚ ਇਹ ਗੱਲ ਸਥਾਪਿਤ ਕਰਨੀ ਆ ਕਿ ਐਵੇਂ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਹੋਈ ਪਈ ਆ ਪੰਜਾਬ 'ਚ ਤਾਂ ਕੋਈ ਇਹਦਾ ਨਾਂ ਲੈ ਕੇ ਰਾਜੀ ਨਹੀਂ ਪਰ ਇੱਥੇ ਕੁਝ ਪ੍ਰੋਗਰਾਮ ਇਹੋ ਜਿਹੇ ਨੇ ਜਿਨ੍ਹਾਂ ਨੂੰ ਜੇ ਆਮ ਹਾਲਾਤ ਹੁੰਦੇ ਸ਼ਾਇਦ ਬਰਦਾਸ਼ਤ ਕਰ ਲਿਆ ਜਾਂਦਾ ਹਜ਼ਮ ਕਰ ਲਿਆ ਜਾਂਦਾ ਪਰ ਹੁਣ ਸਰਕਾਰ ਨੂੰ ਉਹ ਬਰਦਾਸ਼ਤ ਨਹੀਂ ਹੋ ਰਿਹਾ। ਦਲ ਖਾਲਸਾ ਵੱਲੋਂ 9 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਵਾ ਬਠਿੰਡੇ ਦੇ ਵਿੱਚ ਆ ਜਿਹੜੇ ਕਤਲ ਹੋਏ ਨੇ ਇਹਨਾਂ ਦੇ ਖਿਲਾਫ ਤੇ ਇਵੇਂ ਦੀਆਂ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਜਿਹੜਾ ਤੇ ਨਜ਼ਰਬੰਦ ਮਾਮਲਾ ਹੋਰ ਜਿਹੜੇ ਬੜੇ ਜ਼ਰੂਰੀ ਮਾਮਲੇ ਆ ਪਰ ਸਭ ਤੋਂ ਜਿਹੜਾ ਪ੍ਰਭਾਵਸ਼ਾਲੀ ਜਾਂ ਸਭ ਤੋਂ ਅਹਿਮ ਮੁੱਦਾ ਉਹ ਇਹੀ ਆ ਵੀ ਭਾਰਤ ਸਰਕਾਰ ਕਿਉਂ ਸਿੱਖਾਂ ਦੇ ਥਾਂ ਥਾਂ ਤੇ ਕਤਲ ਕਰਵਾ ਰਹੀ ਆ ਤੇ ਇਸ ਵਾਰੀ ਭਾਰਤੀ ਹਕੂਮਤ ਦਾ ਪੁਲਿਸ ਦਾ ਰਵੱਈਆ ਬੜਾ ਸਖਤ ਵਾ ਤੇ ਇਹ ਤਾੜਨਾ ਵਾਂਗੂ ਚੇਤਾਵਨੀਆਂ ਵਾਰਨਿੰਗਾਂ ਦੇ ਰਹੇ ਨੇ ਕਿ ਐਤਕੀ ਤੁਹਾਨੂੰ ਅਸੀਂ ਇਹ ਮਾਰਚ ਨਹੀਂ ਕੱਢਣ ਦੇਣਾ ਜਾਂ ਇਸ ਪ੍ਰੋਗਰਾਮ ਨਹੀਂ ਕਰਨ ਦੇਣਾ। ਹੋ ਸਕਦਾ ਐਤਕੀ ਗ੍ਰਿਫਤਾਰੀਆਂ ਕਰਕੇ 5-5, 6-6 ਮਹੀਨੇ ਅੰਦਰ ਵੀ ਲਵਾਉਣ ਪਰ ਇਹ ਗੱਲ ਇਸ ਵਾਰੀ ਬੜੀ ਅਜੀਬ ਦਿਖ ਰਹੀ ਆ ਕਿ ਪਹਿਲਾਂ ਜਦੋਂ ਸਮਾਗਮ ਹੁੰਦੇ ਆ ਜਾਂ ਪ੍ਰੋਗਰਾਮ ਹੁੰਦੇ ਆ ਇਸ ਤਰੀਕੇ ਦੀ ਸਖਤੀ ਨਹੀਂ ਹੁੰਦੀ ਇਸ ਵਾਰ ਸ਼ਾਇਦ ਤਾਂ ਕੀਤੀ ਜਾ ਰਹੀ ਆ ਕਿ ਇਹਦੇ ਨਾਲ ਦੁਨੀਆ 'ਚ ਮੈਸੇਜ ਜਾਂਦਾ ਕਿ ਪੰਜਾਬ ਦੇ ਵਿੱਚ ਲੋਕ ਸਿੱਖਾਂ ਦੇ ਜਿਹੜੇ ਬਾਹਰਲੇ ਮੁਲਕਾਂ 'ਚ ਕਤਲ ਹੋ ਰਹੇ ਆ ਉਹਦੇ ਬਾਰੇ ਕੁਛ ਕਰਦੇ ਆ। ਇਵੇਂ ਦਾ ਇੱਕ ਪ੍ਰੋਗਰਾਮ 10 ਦਸੰਬਰ ਦਾ ਮਨੁੱਖੀ ਹੱਕਾਂ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਭਾਈ ਜਸਵੀਰ ਸਿੰਘ ਰੋਡੇ ਤੇ ਉਹਨਾਂ ਦੇ ਸਾਥੀਆਂ ਸਹਿਯੋਗੀਆਂ ਨੇ ਅਲੀਕਿਆ ਹੋਇਆ ਤੇ ਉਹਦੇ ਲਈ ਹੋ ਸਕਦਾ ਇਹ ਪਰਮਜੀਤ ਸਿੰਘ ਢਾਡੀ ਇੰਗਲੈਂਡ ਤੋਂ ਚਾਰ ਪੈਸੇ ਲੈ ਕੇ ਆਇਆ ਹੋਵੇ। ਤਿਆਰੀਆਂ ਲਈ ਮਾਇਆ ਚਾਹੀਦੀ ਹੁੰਦੀ ਹੈ ਤੇ ਆਪਦੇ ਯਾਰ ਦੋਸਤ ਨੂੰ ਬੰਦਾ ਆਪਦੇ ਵਾਕਫ ਨੂੰ ਹੀ ਕਹਿੰਦਾ ਹੈਗਾ ਕਿ ਥੋੜੀ ਬਹੁਤੀ ਮਦਦ ਕਰਿਓ। ਹੋ ਸਕਦਾ ਕੋਈ ਇਹਦਾ ਵੀ ਗੱਲ ਹੋਵੇ ਪਰ ਇਸ ਚੱਕਰ ਦੇ ਵਿੱਚ ਉਹਨਾਂ ਨੇ ਜਦੋਂ ਇਸ ਨੂੰ ਦੇਖਿਆ ਹੋਣਾ ਸਟੇਟ ਸਿਸਟਮ ਨੇ ਕਿ ਇਹ ਤਾਂ ਜਿਹੜਾ ਹੈਗਾ ਦਿੱਲੀ ਦੇ ਵਿੱਚ ਪਾਰਲੀਮੈਂਟ ਦਾ ਘਰਾਓ ਕਰਨ ਦੇ ਪ੍ਰੋਗਰਾਮ ਬਣਾ ਰਹੇ ਆ ਤੇ ਫਿਰ ਕਿਉਂ ਨਾ ਇਹਨਾਂ ਨੂੰ ਰੋਕਿਆ ਟੋਕਿਆ ਜਾਵੇ। ਤੋ ਜਿਹੜਾ ਮਾਇਆ ਦਾ ਗੱਫਾ ਲੈ ਕੇ ਆ ਰਿਹਾ ਹੋਣਾ ਉਹਨੂੰ ਟੰਗ ਲਿਆ ਤੇ ਟੈਰਰ ਫੰਡਿੰਗ ਬਣਾਤਾ। ਹੁਣ ਇਸ ਗੱਲ ਤੋਂ ਆਪਾਂ ਇਹ ਸਮਝ ਲਈਏ ਕਿ ਕਿਵੇਂ ਭਾਰਤੀ ਹਕੂਮਤ ਬਿਲਕੁਲ ਸਿੱਧ ਬਸਿੱਧੀ ਹੋ ਕੇ ਸਿੱਖਾਂ ਦੇ ਉੱਤੇ ਇਉਂ ਵਰ ਰਹੀ ਆ ਵੀ ਸਿੱਖਾਂ ਨੂੰ ਸਾਹ ਨਹੀਂ ਲੈਣ ਦੇਣਾ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਖੰਗਣ ਨਹੀਂ ਦੇਣਾ। ਤੇ ਇਹ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਸੀਗੇ ਜੀ ਕਾਂਗਰਸ ਦਾ ਮਤਰੇਈ ਮਾਮ ਆ ਤੇ ਬੀਜੇਪੀ ਦੇਖ ਲਓ ਭਾਈ ਫਿਰ ਅਸਲ ਵਿੱਚ ਗੱਲ ਹੈਗੀ ਆ ਕਿ ਡੀਪ ਸਟੇਟ ਜਿਹੜੀ ਇਸ ਮੁਲਕ ਨੂੰ ਚਲਾਉਂਦੀ ਆ ਚਾਹੇ ਉਹ ਰਾਜ ਕਾਮਰੇਡਾਂ ਦਾ ਹੋਵੇ ਕਾਂਗਰਸ ਦਾ ਹੋਵੇ ਭਾਜਪਾ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਰਾਜ ਜਿਹਦਾ ਮਰਜ਼ੀ ਆ ਜਾਵੇ ਉਸ ਡੀਪ ਸਟੇਟ ਨੇ ਸਿੱਖਾਂ ਅਤੇ ਹੋਰ ਹਰ ਇੱਕ ਉਸ ਧਿਰ ਨੂੰ ਉਸ ਪਲੈਟਫਾਰਮ ਨੂੰ ਤਬਾਹ ਕਰਨ ਦੀ ਸੋਚ ਰੱਖਣੀ ਆ ਜਿਹੜਾ ਵੀ
हिंदू राष्ट्र के राह क्योंकि जेड़ा ये सारा प्रोजेक्ट चल रहा है भारत का उसके सेंटर दे विच मेन पॉइंट यही सी वैसे हिंदू राष्ट्र बनाना ते उहदे लई इह हैगा कि बाकी सारिआं नूं जां तां नीवीं पाउण लई मजबूर करो अधीनगी मन्नण लई जां चुप रहिण लई मजबूर करो बाकी सारे भारत विचों कल्ले सिख ने जिन्हां दे विच काणवां जिहड़े अणख गैरत वाले ने जिहड़े भारत सरकार दा जां डीप स्टेट दा जां हिंदूतवा दा विरोध कर सकदे सो इस मसले दे उत्ते हकूमत ने यह मिथ लिया वा कि सिखां नूं बिलकुल धक्क के कूंजे लाउणा इस माहौल दे विच बहुत सारे जेडे पक्ष ने उन्हां उत्ते चर्चा करन दी लोड़ है ते इस गल विच सानू ये भी देखना पऊगा कि पिछले दौर विच बहुत सारे आगू जथेबंदियां तेरां धड़िआं ने कई मौकिआं दे उत्ते पंथ नाल वफा नहीं कीती जाने कि उन्हां तों जो आस कीती जांदी सी उह करन दी थां उन्होंने कोई एहो जी गड़बड़ की जिहड़ी कि सानू उस मौके बहुत वड्डा सैटबैक भी लग्या पंथ नूं पर अज जदों सारी दी सारी सिख कौम बदले हुए माहौल विच इंडिया वर्सज खालसा पंथ जदों पोजिशनां बणदियां जा रहियां ने उदों सानू सारिआं नूं इह गल ठंडे मते नाल सोचणी चाहीदी आ कि हर उह सिख जिहड़ा इंडियन स्टेट सिस्टम दे खिलाफ लड़ना चाहुंदा उहनूं एक धिर वजों मन्निआ जावे भी उह साडी धिर आ ते इह गल पक्की आ कि कुछ लोकां नूं भारत माता की जय दा बुखार चढ़िया होया उन्हां ने उस पासे ही तुरना सो इह साफ दिख रहा हैगा कि आउण वाले समें दे विच सिखां अते भारत सरकार दे विचाले जिहड़ा हैगा एक वारी फिर खड़का दड़का टकराव जिहड़ा तकरार उह होएगा ते जिस तरीके नाल आ जिहड़ियां विधानसभा दीआं चोणां होके हटियां जिथे तीन चार थावां दे उत्ते बीजेपी जित्ती आ इहनां नूं होर भी हौसला हो गया वा कि असीं अगली वार जिहड़ा केंद्र दे विच जे तीजी वार सरकार बना के ते मोदी नूं प्रधानमंत्री बना के एक बार फिर हल्ला जिहड़ा हैगा उह मारांगे ते जिन्हां दे खिलाफ कारवाई दी लोड़ इंडियन स्टेट सिस्टम समझदा उह सिख भी आ सो साफ जाहिर आ कि सिखां दा आउण वाला समां साडी कौम दा बहुत ही ज्यादा संवेदनशील आ ते खतरनाक पर की साडी कोई तैयारी दिख रही आ इह तां है कि कनेडा अमेरिका ते इंग्लैंड दे जां होरना थावां दे विच सिखां उत्ते जिहड़ा कुछ हो रिहा उहदे खिलाफ लोक जिहड़े ने उत्थों दे मुल्क जिहड़े ने उह सिखां दा पक्ष लै रहे ने पर इत्थे भारत विच जदों सिखां ते जुल्म होऊगा उह जिवें 1984 दे विच एक हफ्ता जिहड़ा सिखां दे कतलां लई खुल्ह दित्ती गई सी उवें दा माहौल जिहड़ा है उह बणदा दिख रिहा हिंदू कट्टरवाद दिनों दिन जिस तरीके नाल उहदा बांदर वांगू जिहड़ा जमूरा नाच आ उह खुल रिहा उहदे वल सानू बहुत सुचेत होण दी लोड़ आ पर अफसोस दी गल आ कि साडी कौम इस नूं संवेदनशीलता नाल गंभीरता नाल अजे नहीं लै रही अज राजस्थान दे विच एक राष्ट्री राजपूत करनी सेना वा उहदा प्रधान सुखदेव सिंह गोगा मोदी आ जिहड़ा जयपुर दे विच उहनूं कतल कीता गया इह घटना जिहड़ी आ बेशक उस बंदे दे विच कई घाटा औगण जां समाज विच पाड़ा पाउण दे उत्ते दोष लगदे आ पर इह हिंदू कट्टरवाद दा जां इउं कहीए कि वैशीपुणा जिहड़ा इस मुल्क च जोर फड़ रिहा जिस तहत बहुत सारियां वारदातां आए दिन असीं आले दुआले सुणदे आ और देसी कट्टे लै के बहुत सारे नौजवान थां ते अपने अपने तरीके नाल ढंग जिहड़े आ जुर्म ਉਹ ਕਰ ਰਹੇ ਨੇ ਔਰ ਜੁਰਮ ਵੀ ਬਹੁਤ ਨੀਵੇਂ ਦਰਜੇ ਦੇ ਨੇ ਇਸ ਦੌਰਾਨ ਕਤਲਾਂ ਫਰੌਤੀਆਂ ਤੇ ਹੋਰ ਸਾਰੀਆਂ ਵਾਰਦਾਤਾਂ ਦਾ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਉਹਦੇ 'ਚ ਕੁਛ ਪਤਾ ਨਹੀਂ ਕਿਹੜਾ ਕੀ ਕਿੱਥੇ ਕਰੀ ਜਾਵੇ ਸੋ ਇਹ ਜ਼ਰੂਰੀ ਆ ਕਿ ਸਿੱਖ ਇਸ ਗੱਲ ਨੂੰ ਸੰਵੇਦਨਸ਼ੀਲਤਾ ਨਾਲ ਦੇਖਣ ਪਰ ਨਹੀਂ ਦੇਖਿਆ ਜਾ ਰਿਹਾ ਅੱਜ ਜਦੋਂ ਭਾਈ ਬਲਵੰਤ ਸਿੰਘ ਰਾਜੋਣਾ ਦੀ ਭੋਖੜਤਾ ਜਿਹਦਾ ਆਪਾਂ ਸ਼ੁਰੂ 'ਚ ਕੀਤਾ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਉਹ ਚਿੱਠੀ ਦੇ ਵਿੱਚ ਵੀ ਉਹਨਾਂ ਨੇ ਆਪਦਾ ਸਾਰਾ ਪੱਖ ਜਿਹੜਾ ਹੈਗਾ ਉਹ ਦੱਸਣ ਦਾ ਯਤਨ ਕੀਤਾ ਕਿ ਮੇਰੀ ਮਜਬੂਰੀ ਕੀ ਆ ਮੇਰੀ ਲੋੜ ਕੀ ਆ ਸੋ ਜਿਹੜਾ ਉਸ ਚਿੱਠੀ ਦਾ ਸਭ ਤੋਂ ਅਹਿਮ ਹਿੱਸਾ ਉਹ ਇਹ ਆ ਕਿ ਜਿਹੜੇ ਅਕਾਲੀ ਆਗੂ ਨੇ ਇਹਨਾਂ ਨੂੰ ਜਿਸ ਤਰੀਕੇ ਦਾ ਅਸੀਂ ਸੋਚ ਕੇ ਸਮਝ ਕੇ ਚੱਲੇ ਉਸ ਹਿਸਾਬ ਨਾਲ ਸਾਨੂੰ ਉਹਨਾਂ ਤੋਂ ਮੈਨੂੰ ਉਹਨਾਂ ਤੋਂ ਕੋਈ ਤਸੱਲੀ ਨਹੀਂ ਮਿਲੀ ਔਰ ਉਹ ਸਾਰੀ ਜਿਹੜੀ ਗੱਲ ਆ ਵੀ ਬੇਨਤੀਆਂ ਤੇ ਅਪੀਲਾਂ ਕਰਾਉ ਦੇ ਬਾਵਜੂਦ ਮੇਰੀ ਅਪੀਲ ਜਿਹੜੀ ਆ ਉਹ ਵਾਪਸ ਨਹੀਂ ਕਰ ਰਹੇ ਤੇ ਮੈਂ ਤਾਂ ਹੁਣ ਇਹ ਚਾਹੁੰਦਾ ਕਿ ਇਹਦੇ ਨਾਲ ਮੈਨੂੰ ਫਾਂਸੀ ਚਾੜ ਦੇਣ
ਹੁਣ ਗੱਲ ਇਹ ਆ ਕਿ ਜਦੋਂ ਅਕਾਲੀ ਦਲ ਦਾ ਬੀਜੇਪੀ ਨਾਲ ਸਾਂਝ ਸੀ, ਜਦੋਂ ਇਹ ਸੱਤਾ 'ਚ ਇਕੱਠੇ ਸੀ, ਉਸ ਮੌਕੇ ਇਹ ਮਸਲੇ ਹੱਲ ਕਰਵਾ ਸਕਦੇ ਸੀ। ਪਰ ਉਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਲਈ ਇਹ ਕੋਈ ਮਸਲੇ ਨਹੀਂ ਸੀ। ਇਹਨਾਂ ਨੇ ਪੂਰਨ ਤੌਰ ਦੇ ਉੱਤੇ ਆਪਦੇ ਸਵਾਰਥਾਂ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਦੇ ਪੱਖ ਵਿੱਚ ਰੱਖਿਆ ਤਾਂ ਕਿ ਬਾਕੀ ਖਾੜਕੂਆਂ ਨੂੰ ਜਿਹੜਾ ਹੈਗਾ ਚੜਾਇਆ ਜਾਵੇ, ਉਹਨਾਂ ਨੂੰ ਦਿਖਾਇਆ ਜਾਵੇ ਸਿੱਖਾਂ ਨੂੰ ਕਿ ਸਾਡੇ ਵੱਲ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਹੈਗਾ। ਸੋ ਇਸ ਚੱਕਰ ਦੇ ਵਿੱਚ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਇਸ ਗੱਲ ਦਾ ਪੂਰਨ ਚਾਨਣ ਹੋ ਗਿਆ ਕਿ ਇਹ ਜਿਹੜੇ ਲੋਕ ਨੇ ਇਹ ਕਿਸੇ ਵੀ ਘੜੇ ਦੇ ਢੱਕਣ ਨਹੀਂ ਹੈਗੇ। ਜਦੋਂ ਜਿਹੜਾ ਚ ਨਜ਼ਰਬੰਦ ਸਿੱਖ ਛੁਡਵਾਏ ਜਾ ਸਕਦੇ ਸੀ, ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਸਲਾ ਨਿਬੜ ਸਕਦਾ ਸੀ, ਉਦੋਂ ਤਾਂ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਮੌਕੇ ਜੋ ਰਵੱਈਆ ਇਹਨਾਂ ਨੇ ਰੱਖਿਆ ਉਹ ਸਾਰਿਆਂ ਦੇ ਸਾਹਮਣੇ ਆ। ਹੁਣ ਕਹਿੰਦੇ ਆ ਵੀ ਜੇ ਕੁਛ ਭਾਈ ਰਾਜੋਆਣਾ ਨੂੰ ਹੋ ਗਿਆ ਤਾਂ ਸਰਕਾਰ ਜ਼ਿੰਮੇਵਾਰ ਆ। ਭਈ ਜਦੋਂ ਤੁਹਾਡੇ ਰਾਜ ਵਿੱਚ ਇਹਨਾਂ ਨਜ਼ਰਬੰਦਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਭੁੱਖ ਹੜਤਾਲ ਰੱਖਦਾ ਸੀ, ਉਸ ਮੌਕੇ ਤੁਹਾਡੀ ਅਕਾਲੀ ਸਰਕਾਰ ਕੀ ਕਰਦੀ ਹੁੰਦੀ ਸੀ? ਤੇ ਤੁਹਾਡੀ ਉਦੋਂ ਸੈਂਟਰ 'ਚ ਬੀਜੇਪੀ ਨਾਲ ਸਾਂਝ ਵੀ ਸੀ। ਹੁਣ ਆਮ ਆਦਮੀ ਪਾਰਟੀ ਵਾਲਿਆਂ ਦੇ ਤਾਂ ਪੱਲੇ ਹੀ ਕੱਖ ਨਹੀਂ, ਹੁਣ ਤਾਂ ਉਹਨਾਂ ਲਈ ਬਿਪਤਾ ਹੈ। ਚਲੋ ਠੀਕ ਆ, ਉਹ ਬਿਪਤਾ ਪੈਣੀ ਵੀ ਚਾਹੀਦੀ ਹੈ, ਪਰ ਅੱਜ ਇਹ ਕਹਿਣਾ ਕਿ ਪੰਜਾਬ ਸਰਕਾਰ ਹੈ ਤੇ ਬੋ ਆ, ਭਾਈ ਤੁਸੀਂ ਵੀ ਸੱਤਾ 'ਚ ਸੀ। ਅਸੀਂ ਤਾਂ ਇੱਕੋ ਗੱਲ ਕਹਿੰਦੇ ਹਾਂ ਕਿ ਚਾਹੇ ਉਹ ਸਰਕਾਰ ਜਿਹਦੀ ਮਰਜ਼ੀ ਆ, ਉਹ ਕਦੇ ਵੀ ਪੰਥ ਲਈ ਜਾਂ ਪੰਜਾਬ ਲਈ ਕਾਰਗਰ ਸਾਬਤ ਨਹੀਂ ਹੋਈ। ਇਸੇ ਲੜੀ ਵਿੱਚੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਜਿਹੜੇ ਪੰਥਕ ਜਾਂ ਖਾਲਿਸਤਾਨੀ ਭਰਾ ਸਾਨੂੰ ਕਹਿੰਦੇ ਆ ਨਾ ਵੀ ਸਾਨੂੰ ਇੱਕ ਵਾਰੀ ਸੱਤਾ ਲੈ ਲੈਣ ਤੋਂ ਅਸੀਂ ਫੱਟੇ ਚੱਕ ਦੇਵਾਂਗੇ, ਹਕੀਕਤ ਇਹ ਆ ਕਿ ਕਾਰਨ ਉਹਨਾਂ ਨੂੰ ਵੀ ਕੁਛ ਨਹੀਂ ਦੇਣਾ। ਇਸ ਮੁਲਕ ਦੇ ਡੀਪ ਸਟੇਟ ਨੇ, ਤੋ ਇਸ ਮੁਲਕ ਦਾ ਸਿਸਟਮ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਕੇਂਦਰ ਦੇ ਅਧੀਨ ਆ ਤੇ ਕੇਂਦਰ ਸਰਕਾਰ ਹਿੰਦੂ ਬਹੁ ਗਿਣਤੀ ਦੇ ਹਿਸਾਬ ਨਾਲ ਸਾਰਾ ਕੁਛ ਕਰਦੀ ਕਰਾਉਂਦੀ ਆਈ ਆ, ਤੇ ਉਸ ਮਾਹੌਲ ਦੇ ਵਿੱਚ ਸਾਨੂੰ ਸਾਫ਼ ਦਿਖਦਾ ਬਈ ਉੱਥੇ ਕੋਈ ਆਸ ਦੀ ਕਿਰਨ ਨਹੀਂ ਹੈ। ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਜਦੋਂ ਦੁਬਾਰਾ ਨਵੇਂ ਸਿਰੋਂ ਫਾਂਸੀ ਦੇ ਮਸਲੇ ਉੱਤੇ ਸਰਗਰਮੀ ਕਰਨ ਲੱਗਿਆ, ਵਿਚਾਲੇ 10 ਸਾਲ ਜਿਹੜੇ 2012-13 ਤੋਂ ਅੱਜ 2023 ਆ ਗਏ, ਉਦੋਂ ਜੋ ਮਾਹੌਲ ਬਣਿਆ ਸੀ, ਜਿਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਵੀ ਬਾਅਦ ਵਿੱਚ ਬਹੁਤ ਸਾਰੇ ਇਹੋ ਜਿਹੇ ਬਿਆਨ ਦਿੱਤੇ, ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕੰਮ ਕੀਤੇ ਜਿਨ੍ਹਾਂ ਕਰਕੇ ਆਮ ਲੋਕਾਂ ਨੂੰ ਬੜਿਆ ਭਾਰੀ ਨਿਰਾਸ਼ਾ ਜਿਹੜੀ ਆ ਉਹ ਹੋਈ ਆ। ਖਾਸ ਤੌਰ ਦੇ ਉੱਤੇ ਜਦੋਂ ਸੰਗਰੂਰ ਵਿਧਾਨ ਸਭਾ ਲੋਕ ਸਭਾ ਚੋਣ ਹੋਈ ਆ, ਉਸ ਮੌਕੇ ਇੱਕ ਕਹਿੰਦੇ ਕਹਾਉਂਦੇ ਸਿੱਖ ਜੁਝਾਰੂ ਗੋਲਡੀ, ਸਾਡਾ ਉਹ ਬੜਾ ਇਲਾਕੇ ਦਾ ਨਾਮਵਰ ਜੁਝਾਰੂ ਸੀ ਜਿਹਦੇ ਸਕੀ ਭੈਣ ਆ ਭਾਈ ਬਲਵੰਤ ਸਿੰਘ ਰਾਜੋਆਣਾ ਨੇ, ਚਲੋ ਮੂੰਹ ਬੋਲੀ ਭੈਣ ਆ, ਪਰ ਉਸ ਮੌਕੇ ਉਹਨੂੰ ਚੋਣ ਲੜਨ ਲਈ ਮੈਦਾਨ ਦੇ ਵਿੱਚ ਉਤਾਰਿਆ। ਉਦੋਂ ਲੋਕਾਂ ਦਾ ਮਨ ਸੀਗਾ ਕਿ ਭਾਈ ਸਿਮਰਜੀਤ ਸਿੰਘ ਮਾਨ ਚੋਣ ਜਿੱਤਣ, ਪਰ ਚੋਣ ਤਾਂ ਉਹ ਬੇਸ਼ੱਕ ਜਿੱਤ ਗਏ, ਪਰ ਇਸ ਤਰੀਕੇ ਨਾਲ ਉਸ ਮੌਕੇ ਜਦੋਂ ਬਾਦਲ ਕਿਆਂ ਨੂੰ ਕੋਈ ਕੈਂਡੀਡੇਟ ਨਹੀਂ ਸੀ ਲੱਭਦਾ, ਉਦੋਂ ਜਿੱਦ ਕਰਕੇ ਕਮਲਜੀਤ ਕੌਰ ਨੂੰ ਚੋਣ ਲੜਾਉਣ ਦੀ ਜਿਹੜੀ ਭਾਈ ਰਾਜੋਆਣਾ ਨੇ ਕੀਤੀ, ਇਹ ਤੋਂ ਬਿਨਾਂ ਅੱਡ ਅੱਡ ਮੌਕਿਆਂ ਦੇ ਉੱਤੇ ਖਾਲਿਸਤਾਨੀ ਜਾਂ ਪੰਥਕ ਜਾਂ ਹੋਰ ਗੁਰਸਿੱਖ ਧਿਰਾਂ ਦੀ ਥਾਂ ਉਹ ਹਮੇਸ਼ਾ ਬਾਦਲ ਦਲ ਦਾ ਪੱਖ ਪੂਰਦੇ ਰਹੇ ਔਰ ਕਹਿੰਦੇ ਇਹ ਰਹੇ ਕਿ ਅਕਾਲੀ ਦਲ ਤੋਂ ਬਗੈਰ ਹੋਰ ਮੈਂ ਕਿੱਧਰ ਜਾਵਾਂ, ਜਦੋਂ ਕਿ ਸਭ ਨੂੰ ਪਤਾ ਕਿ ਇਹ ਅਕਾਲੀ ਦਲ ਉਹ ਨਹੀਂ ਜਿਹੜੇ ਅਕਾਲੀ ਦਲ ਨੂੰ ਅਕਾਲੀ ਦਲ ਕਿਹਾ ਜਾ ਸਕਦਾ, ਇਹ ਤਾਂ ਕਹਾਣੀ ਕੁਛ ਹੋਰ ਆ। ਸੋ ਇਸ ਮਸਲੇ ਦੇ ਉੱਤੇ ਭਾਈ ਰਾਜੋਆਣਾ ਨੂੰ ਇਸ ਬਦਲੇ ਹੋਏ ਮਾਹੌਲ ਵਿੱਚ ਕਿੰਨੀ ਕੁ ਹਮਾਇਤ ਮਿਲਦੀ ਆ, ਕਿੰਨਾ ਕੁ ਲੋਕ ਸਾਥ ਸਹਿਯੋਗ ਦਿੰਦੇ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਉਹਨਾਂ ਨੂੰ ਤਾਂ ਇਹੀ ਲੱਗਦਾ ਹੋਣਾ ਕਿ ਪੰਥ ਅੱਗੇ ਵਾਂਗ ਹੀ ਆ, ਪਰ ਅੱਗੇ ਤਾਂ ਮਾਹੌਲ ਬਿਲਕੁਲ ਹੋਰ ਸੀ। ਉਦੋਂ ਪਹਿਲੇ ਸਮੇਂ ਦੇ ਵਿੱਚ ਜਦੋਂ ਇਹ ਮੋਰਚਾ ਸ਼ੁਰੂ ਹੋਇਆ, ਉਦੋਂ ਬਾਦਲ ਦਲ ਜਿਹੜਾ ਸੀ ਉਹ ਉਲਟਾ ਖਿਲਾਫ ਸੀਗਾ ਤੇ ਬਾਕੀ ਸਿੱਖ ਜਗਤ ਭਾਈ ਰਾਜੋਆਣੇ ਦੇ ਹੱਕ ਵਿੱਚ ਸੀ। ਇਸ ਵਾਰ ਸਭ ਤੋਂ ਮੂਹਰੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਹਮਾਇਤ ਵਿੱਚ ਬਾਦਲ ਦਲ ਵਾ ਤੇ ਬਾਕੀ ਪੰਥ ਅਜੇ ਡਿਸਾਈਡ ਕਰੂਗਾ, ਕਿਉਂਕਿ ਇਹ ਗੱਲ ਐਵੇਂ ਕਈ ਬੰਦਿਆਂ ਨੂੰ ਹੁੰਦਾ ਵੀ ਝੂਠ ਜਿਹਾ ਬੋਲ ਕੇ ਡੰਗ ਜਿਹਾ ਸਾਰ ਦਿਓ, ਪਰ ਹਕੀਕਤ ਇਹ ਆ ਕਿ ਐਤਕੀ ਇਸ ਗੱਲ ਦੇ ਹੱਕ ਵਿੱਚ ਹਵਾ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ। ਤੇ ਜਦੋਂ ਆਪਾਂ ਇਹ ਦੇਖਦੇ ਹਾਂ ਵੀ ਅਕਾਲ ਤਖ਼ਤ ਸਾਹਿਬ ਤੇ ਭਾਈ ਰਾਜੋਆਣੇ ਦੀ ਫਾਂਸੀ ਦੀ ਖ਼ਬਰ ਆਉਣ ਸਾਰ ਨਾਲ ਦੀ ਨਾਲ ਹੀ ਮੀਟਿੰਗਾਂ ਦਾ
चल पिया काम भी पंज सिंह साहिबान एमरजेंसी मीटिंग करनगे ते जदों भाई निजर दा कतल हुंदा जदों भाई एडवोकेट पन्नू दे कतल दी शुगर करो वैगुरू दा शुगर ही आ वी ओह बंदा गलत उन्होंने फड़ लिया ते हजे होर पता नहीं किन्ने क इस तरह के गुप्ते जिहड़े आ निखल गुप्ते होर पता नहीं किहड़े किहड़े मुल्क च किथे किथे की काम ओह करी जा रहे होणे जे किते उन्हां नूं सपारी जिस बंदे नूं दित्ती ओह अमेरिकन सिस्टम दा हिस्सा ना निकलदा तां अज माहौल कुछ होर होणा सी। सो इस गल नूं असीं बड़ा गंभीरता नाल देख रहे हां कि भाई राजोआणे लई अकाल तख्त साहिब दे जथेदार मिंटो मिंटी जिहड़ियां मीटिंगां सद रहे ने पर बाकियां दे मसले च उवें नहीं कर रहे। ते इत्थे इक होर जिहड़ा मसला कि सोशल मीडिया दे उत्ते बहुत सारे लोग असली आ पता नहीं नकली आ पर उन्होंने बहुत बड़े पद्धर दे उत्ते पंथक सफां दे विच जां खालिस्तानी आगुआं दे खिलाफ सिख जथेबंदियां दे खिलाफ बहुत हेठले दर्जे की बयानबाजी करन दा प्रोग्राम तोरिया होया और ये जिहड़ी बयानबाजी आ वह किसी एक धिर दे हक विच ते बाकी ਧਿਰਾਂ ਦੇ ਖਿਲਾਫ ਕਰਨ ਕਰਾਉਣ ਦਾ ਜਿਹੜਾ ਇਹ ਮਾਹੌਲ ਆ ਇਹਦੇ ਚ ਜਿੰਨੀ ਭੈੜੀ ਨੀਵੇਂ ਦਰਜੇ ਦੀ ਬਿਆਨਬਾਜ਼ੀ ਹੋ ਰਹੀ ਹੈ ਉਹ ਬਹੁਤ ਮੰਦਭਾਗੀ ਹੈ। ਆਪਾਂ ਮਹਾਭਾਰਤ ਦੀ ਕਈ ਵਾਰੀ ਹਿੰਦੂ ਭਾਈਚਾਰੇ ਵਾਲੇ ਗੱਲ ਕਰਦੇ ਆ ਜਦੋਂ ਉਹਦੇ ਵਿੱਚ ਆਉਂਦਾ ਵੀ ਇੱਕ ਦ੍ਰੋਪਦੀ ਦੇ ਇੱਕ ਲਾਈਨ ਬੋਲਣ ਦੇ ਨਾਲ ਮਹਾਭਾਰਤ ਹੋ ਗਈ ਮਤਲਬ ਕਿ ਉਹਨੇ ਕਿਹਾ ਸੀ ਅੰਨੇ ਦਾ ਮੁੰਡਾ ਅੰਨਾ ਇਹ ਕਿਹਾ ਜਾਂਦਾ ਵੀ ਦੁਰਯੋਧਨ ਨੂੰ ਦੇਖ ਕੇ ਜਦੋਂ ਉਹ ਡਿੱਗਣ ਲੱਗਿਆ ਉੱਥੇ ਪਾਣੀ ਤਾਂ ਹੈ ਨਹੀਂ ਸੀਗਾ ਤੇ ਉਹ ਸੀਗਾ ਦੂਜਾ ਸਾਫ ਤੋਂ ਤੇ ਉੱਥੇ ਉਹਨੇ ਕਿਤੇ ਕਹਿਤਾ ਵੀ ਅੰਨੇ ਦਾ ਮੁੰਡਾ ਨਹੀਂ ਨਿਕਲਿਆ ਤੇ ਉਹਨੇ ਫਿਰ ਜੋ ਰੰਗ ਭਾਗ ਦਿਖਾਏ ਕਿਵੇਂ ਜਿਹੜਾ ਸੀ ਫਿਰ ਮਹਾਭਾਰਤ ਹੋਈ ਕਿੱਡਾ ਭਾਰੀ ਕਤਲੇਆਮ ਹੋਇਆ ਉਪਰੰਤ ਫਿਰ ਜਿਹੜਾ ਉਹ ਸਭਾ ਦੇ ਵਿੱਚ ਜਿਵੇਂ ਦ੍ਰੋਪਦੀ ਦੀ ਸਾੜੀ ਲਾਉਣ ਤੱਕ ਗਏ ਆ ਨਗਨ ਕਰਨ ਤੱਕ ਗਏ ਆ ਉਹ ਆਪਣੇ ਭਾਈ ਗੁਰਦਾਸ ਦੀਆਂ 12 ਚ ਵੀ ਆ ਤੋ ਇਹ ਸਾਰਾ ਜਿਹੜਾ ਕੁਛ ਵਾਪਰਿਆ ਉਹਦੇ ਪਿੱਛੇ ਇੱਕ ਭੈੜਾ ਬੋਲ ਸੀ। ਸੋ ਇੱਕ ਭੈੜਾ ਵਚਨ ਸਾਰੀ ਮਹਾਭਾਰਤ ਦੀ ਜਿਹੜੀ ਬੁਨਿਆਦ ਬਣ ਗਿਆ ਸੀ। ਤੋ ਇਸ ਮੌਕੇ ਸਿੱਖ ਸਫਾਂ ਦੇ ਵਿੱਚ ਸਾਨੂੰ ਚਾਹੀਦਾ ਏਕਤਾ ਤੇ ਇਤਫਾਕ ਪਰ ਕੰਮ ਉਲਟ ਹੋਇਆ ਪਿਆ ਵਾ ਵੀ ਪਾਟੋ ਧਾੜ ਨਫ਼ਰਤ ਕਲੇਸ਼ ਤੇ ਖਾਨਾ ਜੰਗੀ ਜਿਹੜੀ ਆ ਉਹ ਕਰਵਾਈ ਜਾਵੇ। ਹੁਣ ਇਹ ਗੱਲ ਇੱਥੇ ਕਿਉਂ ਛੇੜੀ ਆ ਮੈਂ ਉਹ ਵੀ ਥੋੜੀ ਜਿਹੀ ਗੱਲ ਕਰਕੇ ਸਮਾਪਤੀ ਕਰਨੀ ਆ। ਮਸਲਾ ਇਹ ਆ ਕਿ ਤੁਸੀਂ 4 ਕੁ ਮਹੀਨੇ ਪਹਿਲਾਂ ਪਿੱਛੇ ਜਾਓ ਮਈ ਜੂਨ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਸਲਾ ਉੱਭਰ ਗਿਆ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਤੇ ਉਸ ਮਸਲੇ ਅਤੇ ਇੱਕ ਚੋਣਾਂ ਦਾ ਬਾਈਕਾਟ ਵੀ ਅਖਾੜਕੂਆਂ ਨੇ ਜੀ ਬੜੇ ਮਾੜੇ ਕੀਤੇ ਬੜਾ ਗਲਤ ਕੀਤਾ। ਇਸ ਮਸਲੇ ਦੇ ਉੱਤੇ ਬਹੁਤ ਜਿਹੜੀ ਬਿਆਨਬਾਜ਼ੀ ਜਾਂ ਤਲਖ ਲਹਿਜੇ ਵਿੱਚ ਗੱਲਾਂ ਹੋ ਰਹੀਆਂ ਸੀ ਹੁਣ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਗੱਲ ਚੱਲ ਰਹੀ ਸੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਨਿਖਲ ਗੁਪਤਾ ਐਡਵੋਕੇਟ ਪੰਨੂ ਨੂੰ ਮਾਰਨ ਲਈ ਜਾਂ ਜਿਹੜੀ ਤਿਆਰੀ ਭਾਈ ਹਰਦੀਪ ਸਿੰਘ ਨਿਜਰ ਨੂੰ ਮਾਰਨ ਲਈ ਜਾਂ ਹੋਰ ਭਾਈ ਪੰਜਵੜ ਦਾ ਕਤਲ ਆ ਜਾਂ ਭਾਈ ਅਵਤਾਰ ਸਿੰਘ ਖੰਡੇ ਦੀ ਜਿਹੜੀ ਮੌਤ ਆ ਇਹ ਸਾਰੇ ਉਸ ਸਮੇਂ ਵਿੱਚ ਵਾਪਰੇ। ਕੀ ਇਸ ਗੱਲ ਦਾ ਜਿਹੜਾ ਇਹ ਹਰਮਿੰਦਰ ਸਿੰਘ ਸੰਧੂ ਤੇ ਚੋਣਾਂ ਦੇ ਬਾਈਕਾਟ ਦੇ ਬਹਾਨੇ ਮਾਹੌਲ ਸਿਰਜਿਆ ਜਾ ਰਿਹਾ ਸੀ ਉਹਦਾ ਕੀ ਇਸ ਸਮੁੱਚੇ ਘਟਨਾ ਕ੍ਰਮ ਨਾਲ ਕੋਈ ਤਾਲਮੇਲ ਤਾਂ ਨਹੀਂ ਜੁੜਦਾ? ਜਿਵੇਂ ਇਹ ਗੱਲ ਕਹੀ ਜਾਂਦੀ ਆ ਵੀ ਕਾਲ ਦਾ ਡੋਗ ਮੈਡ ਐਂਡ ਦੈਨ ਸ਼ੂਟ, ਮਤਲਬ ਪਹਿਲਾਂ ਕੁੱਤੇ ਨੂੰ ਪਾਗਲ ਕਰਾਰ ਦੇ ਦਿਓ, ਪਹਿਲਾਂ ਮਾਹੌਲ ਬਣਾ ਦਿਓ ਕਿਸੇ ਦੇ ਖਿਲਾਫ। ਅਸੀਂ ਬੜੇ ਬੰਦਿਆਂ ਨੂੰ ਦੇਖਿਆ ਇੱਥੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਭਗਾਈ ਮਾਰਦੇ ਰਹੇ। ਹੈਰਾਨੀ ਦੀ ਗੱਲ ਇਹ ਆ ਕਿ ਉਹੀ ਬੰਦੇ ਜਦੋਂ ਭਾਈ ਪੰਜਵੜ ਚੜ੍ਹਾਈ ਕਰ ਗਏ, ਜਦੋਂ ਉਹਨਾਂ ਨੂੰ ਸ਼ਹੀਦ ਕਰਤਾ, ਜਦੋਂ ਇੰਡੀਅਨ ਸਟੇਟ ਸਿਸਟਮ ਨੇ ਕਤਲ ਕਰਤਾ, ਫਿਰ ਉਹ ਸ਼ਰਧਾ ਦੇ ਫੁੱਲ ਭੇਟ ਕਰਨ ਲੱਗ ਗਏ। ਤੇ ਇਵੇਂ ਹੀ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਜਾਂ ਹੋਰ ਸ਼ਖਸੀਅਤਾਂ ਦੇ ਬਾਰੇ, ਇੱਥੋਂ ਤੱਕ ਕਿ ਐਡਵੋਕੇਟ ਪੰਨੂ ਬਾਰੇ ਵੀ ਸ਼ੰਕੇ ਸੀ, ਖਦਸ਼ੇ ਸੀ। ਘੱਟੋ ਘੱਟ ਆਹ ਜਿਹੜਾ ਭਾਰਤ ਸਰਕਾਰ ਦਾ ਪਲਾਟ ਅਸਫਲ ਹੋਇਆ ਉਹਨੇ ਇਹ ਤਾਂ ਗੱਲ ਨਖੇੜਤੀ ਨਾ ਕਿ ਭਾਈ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਆ ਵੀ ਉਹਦੇ ਬਾਰੇ ਸ਼ੰਕੇ ਜਾਂ ਖਦਸ਼ੇ ਜਿਹੜੇ ਆ ਜ਼ਾਹਿਰ ਕਰਨ ਵਾਲਿਆਂ ਨੂੰ ਥੋੜਾ ਜਿਹਾ ਹੋਇਆ ਹੋਣਾ ਵੀ ਨਹੀਂ ਭਾਈ ਜੇ ਉਹ ਕਿਤੇ ਗਲਤ ਹੋਵੇ ਤਾਂ ਫਿਰ ਉਹਨੂੰ ਸਟੇਟ ਕਤਲ ਕਿਉਂ ਕਰਵਾਵੇ। ਸੋ ਇੱਕ ਤਾਂ ਇਹ ਗੱਲ ਹੋ ਗਈ।
पर यह सारे जड़िया साडिया कौम दिया अड अड कारण करके अड अड मुल्क इंडियन स्टेट सिस्टम के निशाने ते सिख शख्सियत ने इन्ह सारिया के खिलाफ कदे ना कदे किसी ना किसी ने बोल कबोल माड़े चंगे जरूर वरते और इन्होंने उत्ते निशाना भी है। मतलब देखो भी जिन्हों भंडिया जा रहा उन्होंने खिलाफ माहौल बनाया जा रहा पहला कि जो उन्होंने कतल कर दिता जाए उदू बाद हैरान हो असी तो बड़ा इस गलों दुखी हाँ कि भाई पंजवट के कतल तो बाद कुछ बंद ने उत्ते खुशी मनाई कि बहुत वधिया हो गया जी। तो इवें ही पंजाब दे विच जिहड़े जिन्हां सिंघां ने 1978 तो चले संघर्ष में कुर्बानियां कीतियां ते हुण जिहड़े उम्र दे उस दौर विच आपो अपने तरीके नाल अज भी सेवा कर रहे ने उन्हां सारिआं खिलाफ भंडी प्रचार करके तीन चार महीने जिवें माहौल सिरजिआ गया सी कि इहो जिहा कम्म तां नहीं सी वी जदों उन्हां दिनां दे विच कोई उन्हां दे उत्ते वारदात हुंदी ते उह उन्हां दा जदों शहीद हो जांदे फिर बाद च इत्थे जिवें पंजवट बारे कहा जांदा कहिंदे सीगे वी बड़ा वधिया हो गया उवें इन्हां बारे कहिंदे। सो जिहड़ा स्टेट सिस्टम आ उहदे मनसूबे की ने इह तां वाहिगुरु जाणे बाली ज्यादा गल तो अपने सामने स्पष्ट ही हो गई कि सिखा खास तौर पर पंथक सिखा कतल करना चाहते ने पर जरा चल रहा भी जेड़े जेड़े सिख आगू सिर कढ़वे आगू ने उन्होंने खिलाफ भंडी प्रचार किया जाता मैं ये कहना कि ये शख्सियत जड़िया ने इन्हों के फैसले गलत होने करके जे किसी फैसला गलत लगना वो असहमति प्रगटाउणी आलोचना सख्त तो सख्त आलोचना करनी पर इन्हों सरकारीए दल गदार मतलब बहुत ज्यादा नीच दर्जे की जी गाल कढ़ने वाली गल उधर जो काम जा रहा ये बारे सानू सचेत होने की लोड़ आ। मैं फिर बेनती करदा कि यह मैनू इउं लगता जिवें पहला माहौल सिरज के इन्हों शख्सियतों के खिलाफ भी फिर इन्हों के उत्ते निशाना लाए जाने की कवायद हो गई फिर बाद शरदा के फुल भेंट करते फिर बाद कहते फिर कि जी बंदा तो बड़ा चंगा सी सानू की पता सी असी उदो बहन च बह गए इस मौके नावाचक माहौल सिरज के सोशल मीडिया के राही कौम के लिए पंथ लिए कुर्बानियां करने वाले जिवें निंदिया भंडिया जा रहा वह बहुत ज्यादा गलत आ और सानू सारू गल समझनी चाहिए आ कि ठीक आ उन्हां दीआं घाटां कमजोरियां औगणां का जिक्र भी करना बनता है पर इउं भी नहीं कि जिहड़ा काम जिहो जी गाली गलोच जां जिहो जिहा सिस्टम विच चल रहा दुश्मन बारे जदों आपां गल करदे आ अपने लहजे शब्द होर हुंदे आ जदों आपां आपदे बंदिआं नाल आपदे बंदिआं दी गल करदे आ उदों लहजा साडा होर होना चाहीदा। खैर अज लई इत्थे समाप्ति करदे आ कल फिर मिलांगे जी। नानक नाम चढ़दी कला तेरे भाणे सरबत दा भला वाहिगुरू जी का खालसा वाहिगुरू जी की फतेह।